ਵਿਰੋਧੀ ਧਿਰਾਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ ਬਿਹਾਰ ਦੇ ਪਟਨਾ ਦੇ ਵਿੱਚ ਵਿਰੋਧੀ ਧਿਰ ਹੁਣ ਮੋਦੀ ਸਰਕਾਰ ਦੇ ਖਿਲਾਫ ਭਾਜਪਾ ਦੇ ਖਿਲਾਫ ਇੱਕ ਮਹਾ ਗਠਜੰਬੰਦਨ ਕਰਨ ਦੇ ਲਈ ਤਿਆਰ ਹੋਈਆਂ ਨੇ ਕਈ ਫੈਸਲੇ ਜਿਹੜੇ ਹੈ ਉਹ ਇਸ ਮੀਟਿੰਗ ਦੇ ਵਿੱਚ ਲਏ ਗਏ ਆ ਇਹੀ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਸਾਰੇ ਇਕੱਠੇ ਆ ਅਸੀਂ ਸਾਰੇ ਯੂਨਾਈਟਿਡ ਆ ਸਸ਼ੀਕਾਲ ਵਰਤ ਪੰਜਾਬੀ ਡਿਜੀਟਲ ਦੇ ਨਾਲ ਜੁੜੇ ਹੋ ਤੁਸੀਂ ਮੇਰਾ ਨਾਮ ਹੈ ਮੋਹਿਤ ਸੋਨੀ ਵਿਰੋਧੀ ਧਿਰਾਂ ਦੀ ਚੱਲੀ 3 ਘੰਟੇ 45 ਮਿੰਟ ਦੀ ਮੀਟਿੰਗ ਹੁਣ ਮੁਕੰਮਲ ਹੋਈ ਹੈ ਜਿਸ ਦੀ ਅਗਵਾਈ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਕਰਦੇ ਨੇ ਅੱਜ ਸਵੇਰ ਤੋਂ ਜਦੋਂ ਤੋਂ ਵਿਰੋਧੀ ਧਿਰਾਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ ਬਿਹਾਰ ਦੇ ਪਟਨਾ ਦੇ ਵਿੱਚ ਤਾਂ तमाम ਲੋਕਾਂ ਦੀ ਜਿਹੜੀ ਹੈ ਨਜ਼ਰ ਇਸ ਮੀਟਿੰਗ ਤੇ ਸੀ ਕਿ ਆਖਰ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਦੱਸ ਦਈਏ ਕਿ ਵਿਰੋਧੀ ਧਿਰ ਹੁਣ ਮੋਦੀ ਸਰਕਾਰ ਦੇ ਖਿਲਾਫ ਬੀਜੇਪੀ ਦੇ ਖਿਲਾਫ ਇੱਕ ਮਹਾ ਗਠਜਬੰਦਨ ਕਰਨ ਦੇ ਲਈ ਤਿਆਰ ਹੋਈਆਂ ਨੇ ਤਾਂ ਅੱਜ ਪਹਿਲੀ ਮੀਟਿੰਗ ਜਿਹੜੀ ਬਿਹਾਰ ਦੇ ਪਟਨਾ ਦੇ ਵਿੱਚ ਰੱਖੀ ਗਈ ਸੀ ਜਿਸ ਦੀ ਅਗਵਾਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਕਰਦੇ ਨੇ ਤਾਂ ਇਸ ਮੀਟਿੰਗ ਦੇ ਵਿੱਚ 15 ਪਾਰਟੀਆਂ ਦੇ 27 ਨੁਮਾਇंदे ਪਹੁੰਚਦੇ ਨੇ 27 ਲੀਡਰ ਪਹੁੰਚਦੇ ਨੇ ਤਾਂ ਲਗਭਗ 3 ਘੰਟੇ 45 ਮਿੰਟ ਇਹ ਮੀਟਿੰਗ ਚੱਲੀ ਤਾਂ ਕਈ ਫੈਸਲੇ ਜਿਹੜੇ ਹੈ ਉਹ ਇਸ ਮੀਟਿੰਗ ਦੇ ਵਿੱਚ ਲਏ ਗਏ ਆ ਦੱਸ ਦਈਏ ਕਿ ਸਭ ਤੋਂ ਪਹਿਲਾ ਵੱਡਾ ਫੈਸਲਾ ਇਹੀ ਹੈ ਕਿ तमाम ਲੀਡਰਾਂ ਨੇ ਵੱਡਾ ਦਾਵਾ ਕੀਤਾ ਹੈ ਕਿ ਅਸੀਂ ਸਾਰੇ ਇਕੱਠੇ ਹੈਗੇ ਆ ਤੇ 2024 ਦੀ ਲੋਕ ਸਭਾ ਚੋਣਾਂ ਇਕੱਠੇ ਲੜਾਂਗੇ ਤਾਂ ਵੱਡੀ ਸਟੇਟਮੈਂਟ ਪਹਿਲਾਂ ਮਮਤਾ ਬੇਨਰਜੀ ਬੋਲਦੇ ਨੇ ਜਿਹੜੇ ਨਿਤਿਸ਼ ਕੁਮਾਰ ਬੋਲਦੇ ਨੇ ਤਾਂ ਲਗਾਤਾਰ ਇਹੀ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਸਾਰੇ ਇਕੱਠੇ ਆ ਅਸੀਂ ਸਾਰੇ ਯੂਨਾਈਟਡ ਆ ਤੇ 2024 ਦੇ ਵਿੱਚ ਭਾਜਪਾ ਦੇ ਖਲਾਸ ਸਾਰੇ ਰਲ ਕੇ ਲੜਾਂਗੇ ਤਾ ਇਸ ਮੀਟਿੰਗ ਦੇ ਵਿੱਚ 15 ਪਾਰਟੀਆਂ ਦੇ 27 ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਸ ਦੇ ਵਿੱਚ 17 ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਸਨ ਤਾਂ ਹੁਣ ਵਿਰੋਧੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਤਾਂ ਅਗਲੀ ਜਿਹੜੀ ਮੀਟਿੰਗ ਹੈ ਉਹ ਹਿਮਾਚਲ ਦੇ ਵਿੱਚ ਹੋਵੇਗੀ ਹਿਮਾਚਲ ਦੇ Shimla ਦੇ ਵਿੱਚ ਹੋਵੇਗੀ ਜਿਸ ਦੀ ਅਗਵਾਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਕੇ ਕਰਨਗੇ ਲੇਕਿਨ ਹਜੇ ਤਰੀਕ ਜਿਹੜੀ ਹੈ ਉਹ ਸਨਿਸ਼ਚਿਤ ਨਹੀਂ ਹੋ ਸਕੀ ਹੈ ਤਾਂ ਕਰਕੇ ਹਜੇ ਤੱਕ ਇਹ ਆਸਰਾਈਆਂ ਲਾਈਆਂ ਜਾ ਰਹੀਆਂ ਕਿ ਕੁਝ ਹੀ ਦਿਨਾਂ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਨਿਪਰੇ ਚੜੇਗੀ ਲੇਕਿਨ ਇਸੇ ਵਿਚਾਲੇ ਇੱਕ ਹੋਰ ਜਿਹੜੀ ਵੱਡੀ ਖਬਰ ਇਹ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਮੀਟਿੰਗ ਦੇ ਖਤਮ ਹੋਣ ਦੇ ਨਾਲ-ਨਾਲ ਕਾਂਗਰਸ ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਆ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਾਏ ਗਏ ਆਰਡੀਨੈਂਸ ਦੇ ਖਿਲਾਫ ਆਮ ਆਦਮੀ ਪਾਰਟੀ ਲਗਾਤਾਰ तमाम ਲੀਡਰਾਂ ਨਾਲ ਮਿਲ ਰਹੀ ਹੈ ਵਕ ਵਕ ਸੂਬਿਆਂ ਦੇ ਵਿੱਚ ਜਾ ਰਹੀ ਹੈ ਅਤੇ ਉਹਨਾਂ ਦਾ ਸਮਰਥਨ ਲੈਣ ਦੀ ਜਿਹੜੀ ਉਹ ਗੁਜਾਰਿਸ਼ ਕਰ ਰਹੀ ਹੈ ਤਾਂ 12 ਪਾਰਟੀਆਂ ਚੋਂ 11 ਪਾਰਟੀਆਂ ਨੇ ਅੱਜ ਉਹਨਾਂ ਨੂੰ ਸਮਰਥਨ ਦੇ ਦਿੱਤਾ ਹੈ ਤਾਂ ਕਾਂਗਰਸ ਨੇ ਇਸ ਤੇ ਆਪਣਾ ਸਪਸ਼ਟ ਜਵਾਬ ਨਹੀਂ ਦਿੱਤਾ ਹੈ ਦੇਖਣਾ ਇਹ ਹੋਵੇਗਾ ਕਿ ਆਕਰ ਕਿਸ ਤਰ੍ਹਾਂ ਦਾ ਫੈਸਲਾ ਕਾਂਗਰਸ ਇਸ ਤੇ ਲੈ ਕੇ ਆਂਦੀ ਹੈ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਨੇ ਵੀ ਇਹੀ ਗੱਲ ਕਹੀ ਸੀ ਕਿ ਜੇਕਰ ਕਾਂਗਰਸ ਉਹਨਾਂ ਨੂੰ ਇਸ ਆਰਡੀਨੈਂਸ ਦੇ ਖਿਲਾਫ ਉਹਨਾਂ ਦੇ ਨਾਲ ਨਹੀਂ ਆਂਦੀ ਤਾਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਲੇਕਿਨ ਮੀਟਿੰਗ 'ਚ ਸ਼ਾਮਲ ਤਾਂ ਹੋਏ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਲਗਾਤਾਰ ਕਾਂਗਰਸ ਤੇ ਨਿਸ਼ਾਨੇ 사ਦ ਰਿਹਾ ਦੇਖਣਾ ਇਹ ਹੋਵੇਗਾ ਕਿ ਕਈ ਹੁਣ ਆਰਡੀਨੈਂਸ ਤੇ ਕਾਂਗਰਸ ਦਾ ਸਮਰਥਨ ਆਮ ਆਦਮੀ ਪਾਰਟੀ ਨੂੰ ਮਿਲੇਗਾ ਜਾਂ ਨਹੀਂ ਤਾਂ 22 ਲੀਡਰਾਂ ਨੇ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ ਵੱਡੇ ਚਿਹਰੇ ਸਨ 15 ਪਾਰਟੀਆਂ ਸੀਗੀਆਂ ਤੇ 15 ਜਿਹੜੇ ਸਾਬਕਾ ਤੇ ਮੌਜੂਦਾ ਮੁੱਖ ਮੰਤਰੀ ਵੀ ਸ਼ਾਮਲ ਰਹੇ ਇਹਨਾਂ ਲੀਡਰਾਂ ਦੀ ਇੱਕ ਵਾਰ ਸੂਚੀ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਨਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਂਦਾ ਹੈ ਉਦਵ ਠਾਕਰੇ ਦਾ ਜਿਹੜੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਅਕਲੀ ਯਾਦਵ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਸੀ타ਰਾਮ ਅਜੂਰੀ, ਰਾਘਵ ਚੱਡਾ, ਰਾਹੁਲ ਗਾਂਧੀ ਅਤੇ ਮਲਿਕ ਅਰਜੁਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਤਾਂ ਨਾਲ ਦੀ ਨਾਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬਨਰਜੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸ਼ਟਾਲਿਨ ਅਤੇ ਪੀਡੀਪ ਮੁਖੀ ਮਹਿਬੂਬਾ ਮੁਫਤਵੀ ਦਿਪੰਕਰ ਪਟਾਚਾਰਿਆ ਡੀ ਰਾਜਾ ਅਤੇ ਸੰਜੇ ਸਿੰਘ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਤਾਂ ਹੁਣ ਦੇਖਣਾ ਇਹ ਹੋਗਾ ਕਿ ਕੀ 2024 ਦੀ ਲੋਕ ਸਭਾ ਚੋਣਾਂ ਦੇ ਲਈ ਜਿਸ ਤਰ੍ਹਾਂ ਵਿਰੋਧੀ ਤਰ੍ਹਾਂ ਇੱਕ ਫਰੰਟ ਤੇ ਇਕੱਠੀਆਂ ਹੋਈਆਂ ਇੱਕੋ ਸਟੇਜ ਤੇ ਇਕੱਠੀਆਂ ਹੋਈਆਂ ਇਸ ਦੇ ਨਤੀਜੇ ਕੀ ਆਉਂਦੇ ਆ ਵੱਡੀ ਗੱਲ ਇਹ ਹੈ ਕਿ ਜਿੱਥੇ ਬੀਜੇਪੀ ਵੱਡਾ ਦਾਵਾ ਕਰ ਰਹੀ ਹੈ ਕਿ ਅਸੀਂ ਇਸ ਵਾਰ 300 ਪਲੱਸ ਸੀਟਾਂ ਦੇ ਨਾਲ ਲੋਕ ਸਭਾ ਦੇ ਵਿੱਚ ਜਿੱਤ ਹਾਸਲ ਕਰਾਂਗੇ ਲੇਕਿਨ ਦੂਜੇ ਪਾਸੇ ਜਦੋਂ ਵਿਰੋਧੀ ਧਿਰ ਇਕੱਠੀਆਂ ਹੋ ਜਾਣ ਤਾਂ ਕੀ ਇਸ ਨਤੀਜਾ ਇਸ ਦਾ ਕੀ ਹੋਵੇਗਾ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਇਸ ਤਰ੍ਹਾਂ ਦੀ ਹੋਰ ਤਮਾਮ ਅਪਡੇਟ ਦੇ ਲਈ ਜੁੜੇ ਰਹੋ ਵਰਡ ਪੰਜਾਬੀ ਡਿਜੀਟਲ ਦੇ